कमान नू पता नहीं चूहा पै जांदा है कि होर कोई वड जांदा गन्ने चूप जांदा मालक मेरे दुआले होए रहंदे ने। ਆ ਜਿਦਾਂ ਦਾ ਕਰਮਾ ਲੱਗਿਆ ਨਾ ਕਮਾਦ ਮੈਂ ਇਹਦੇ ਸੁਰ ਦਾ ਗੰਨਾ ਨਹੀਂ ਵੇਖ ਪਰ ਗੰਨਾ ਚੰਗਾ ਕੀ ਹੋਵੇ ਕੋਈ ਖਾਦ ਲੱਗੇ ਕੋਈ ਸਪਰੇ ਲੱਗੇ ਕੋਈ ਚੌਕੀਆਂ ਹੁਣ ਮਾਲਕ ਤਾਂ ਖਰਚਾ ਨਹੀਂ ਕਰਦੇ ਉਹ ਚਿੱਟੀ ਚਿੱਟੀ ਪਤਾ ਨਹੀਂ ਕੀ ਸ਼ੈ ਪਈ ਹੈ ਹਾਂ ਬਾਈ ਤੂੰ ਕਿਵੇਂ ਮੈਂ ਤੇਰਾ ਪਿੱਛਾ ਕੀਤਾ ਅੱਜ ਤੂੰ ਇੱਥੇ ਆਉਣ ਤੇ ਚੋਰੀ ਚੋਰੀ ਸਿਗਰਟਾਂ ਆਉਂਦੇ ਨੇ ਨਸ਼ੇ ਕਰਨਾ ਹੈ ਮੈਂ ਨਸ਼ੇ ਕਰਨਾ ਤੇ ਹੋਰ ਕੀ ਇੱਥੇ ਚਰਸ ਪੀਂਦਾ ਪਿਆ ਮੈਂ ਹੁਣ ਵੇਖਿਆ ਜਾ ਬਾਈ ਜਾ ਮੈਂ ਨਹੀਂ ਚਰਸ ਚੁਰਸ ਪੀਂਦਾ ਆ ਸਾਡਾ ਕਮਾਂਦ ਵੇਚ ਤੇ ਚਰਸ ਪੀਂਦਾ ਸ਼ਕਲ ਆਦੀ ਤੂੰ ਵੇਲ ਹੈ ਜਿਵੇਂ ਸਿਗਰਟ ਦਾ ਗੁੱਲ ਹੁੰਦਾ ਹੈ ਤੂੰ ਜ਼ਿਮੀਦਾਰਾਂ ਦਾ ਦੀ ਪੁੱਤਰ ਹੈ ਤੇਰੇ ਮੂੰਹ ਤੇ ਕਿਹੜਾ ਨੂਰ ਪਿਆ ਚਮਕਦਾ ਹੈ ਚਮਕ ਮੈਂ ਵੀ ਤੇਰੇ ਮੂੰਹ ਤੇ ਕੋਣੀ ਵੇਖੀ ਜਿਹੜਾ ਤੂੰ ਚਮਕਦਾ ਪਿਆ ਜਿਹੜਾ ਤੂੰ ਪਿੰਡ ਨੂੰ ਰੋਸ਼ਨੀ ਦਿੱਤੀ ਕੋਈ ਬੇਈਮਾਨੀ ਤੇ ਹੱਥ ਬੁਲਾਉਂਦਾ ਕੋਣੀ ਪਿਆ ਤੈਨੂੰ ਗੱਲੀ ਦਾ ਧਾਰ ਦੀ ਸ਼ਹਿ ਲੈਣ ਤੂੰ 700 ਦੀ ਲੈ ਤੇ ਪਿਛਾ ਆਇਆ ਖਲਾਉਂਦਾ ਮੈਨੂੰ ਬੜਾ ਪਤਾ ਤੇਰਾ ਜਿਵੇਂ ਜਾਣਨਾ ਤੂੰ ਵੀਰਾਂ ਹੈ ਨਿੱਕਾ ਆ ਵੇਖ ਮੈਂ ਤੇਰੀ ਮਿਹਨਤ ਕਰਨਾ ਤਾਂ ਢੂਡ ਹੱਥ ਪਿਆ ਬਣਨਾ ਚੌਧਰੀ ਨਾ ਦੱਸ ਜੇ ਐਵੇਂ ਗੱਲ ਰਹੀ ਤੇ ਮੈਂ ਜ਼ਰੂਰ ਦੱਸਾਂਗਾ ਬਾਕੀ ਚਲੋ ਵਾਧਾ ਘਾਟਾ ਕਰ ਲਾਂਗਾ ਕੋਈ 150 ਮੈਨੂੰ ਵੀ ਲਾਜ ਤਾਂ ਕਰ ਯਾਰ ਚਲੋ ਠੀਕ ਹੈ 150 ਮੈਨੂੰ ਬਚ ਜਾ ਸੀ 150 ਤੈਨੂੰ ਬਚ ਜਾ ਸੀ ਬਾਕੀ ਗੱਲ ਤਾਂ ਸੁਣ ਬਾਈ ਤੂੰ ਗਰੀਬ ਬੇਈਮਾਨੀ ਕਰਨੀ ਉਹ ਮੇਰਾ ਮਸਲਾ ਹੈ ਮੇਰਾ ਫੇਲ ਹੈ ਤੂੰ ਉਹਦੇ 'ਚ ਕਿਉਂ ਟਾਂਗਣ ਆਉਂਦਾ ਪਿਆ ਚੱਲ ਦਫਾ ਉਹ ਕੰਮ ਕਰ ਚੱਲ ਬੋਲਾ ਜਾ ਅੱਗੋਂ ਬਹਿਸ ਕਰਦਾ ਜੀ ਸ਼ੇਰੂ ਆਦੇ ਕੰਮ ਤੇ ਰਹਿੰਦਾ ਨਾਲ ਤੈਨੂੰ ਨੌਕਰੀ ਲਾਇਆ ਗਿਆ ਮਾਲਕਾਂ ਹਾਂ ਤੇ ਤੈਨੂੰ ਹੋਰ ਕੰਮ ਕੋਈ ਹੈ ਤੂੰ ਮੇਰੇ ਕੋਲ ਹੀ ਆਇਆ ਮੈਂ ਤੇਰੇ ਕੋਲ ਹੀ ਆਉਣਾ ਆਪਾਂ ਇੱਥੇ ਮਾਲਕ ਦੇ ਮੁਲਾਜ਼ਮ ਹੈਗੇ ਤੇ ਇੱਥੇ ਹੀ ਰਹਿਣਾ ਮੁੜ ਤੂੰ ਇੱਥੇ ਔਖੀ ਹੁੰਦੀ ਪਈ ਤੇ ਮੈਂ ਤੈਨੂੰ ਨਹੀਂ ਕੰਮ ਕਰਾਉਣਾ ਚੱਲ ਫਿਰ ਪੰਡ ਚੁੱਕ ਪੰਡ ਤਾਂ ਮੈਂ ਰੱਖ ਦੇਣਾ ਚਾਹ ਚੂ ਪਕਾਈ ਕੋਈ ਨਹੀਂ ਤੈਨੂੰ ਮੈਂ ਚਾਹ ਚੂ ਨਹੀਂ ਦੇਣੀ ਤੈਨੂੰ ਗੰਨਿਆਂ ਦਾ ਜੂਸ ਇੱਕ ਰੁਪਿਆ ਤੂੰ ਤਾਂ ਜਦਾਂ ਨੂੰ ਪਿਆਸ ਹੈ ਮੈਨੂੰ ਜ਼ਹਿਰ ਹੀ ਪਿਆਸ ਹੈ ਮੈਂ ਸਾਰੇ ਕੰਮ ਕਰਨ ਨੂੰ ਤਿਆਰ ਹਾਂ ਤੇਰਾ ਤੂੰ ਜ਼ਹਿਰ ਦੇ ਲਾਇਕ ਦਾ ਤੂੰ ਆਦਾ ਵੀ ਕੰਮ ਕਰਨਾ ਨੀਅਤ ਨਾ ਕਰ ਨੀਰਾ ਮੇਰੇ ਦੇ ਨਾਲ ਰਸਤ ਭੱਜਿਆ ਆਦਾ ਸ਼ੇਰੇ ਨੂੰ ਨੌਕਰੀ ਐਵੇਂ ਨਹੀਂ ਉਹਨੇ ਦਿੱਤੀ ਮਲਕਾਂ ਨੇ ਤੇਰੀ ਵਜ੍ਹਾ ਤੋਂ ਦਿੱਤੀ ਮੈਂ ਤਾਂ ਉਹਨਾਂ ਦਾ ਪਹਿਲਾ ਮੁਲਾਜ਼ਮ ਆ ਪੁਰਾਣਾ ਮੈਨੂੰ ਪਤਾ ਹੈ ਉਹ ਜਿਹੜਾ ਮਲਕ ਨੇ ਅੱਲਾ ਪਨਾਹ ਦੇਵੇ ਉਹਨਾਂ ਨੂੰ ਅੱਛਾ ਮੈਂ ਵੀ ਕਹਾਂ ਜਿਹੜਾ ਛੋਟਾ ਮਲਕ ਮੈਨੂੰ ਭੈੜੀ ਨੀਅਤ ਨਾਲ ਵੇਹਦਾ ਮੈਂ ਦਿਲ ਚ ਸੋਚ ਨੀ ਸ਼ੇਰੂ ਮੇਰਾ ਯਕੀਨ ਨੀ ਕਰਦਾ ਉਹ ਤਾਂ ਭੈੜੀ ਨੀਅਤ ਆਲਾ ਭਾਈ ਚਲੋ ਠੀਕ ਹੈ ਨਹੀਂ ਉਹ ਮਲਕ ਤੈਨੂੰ ਚੰਗਾ ਲੱਗਦਾ ਦਫਾ ਕਰ ਤੂੰ ਕੀ ਲੈਣਾ ਦੇਣਾ ਆ ਜਾ ਉੱਥੇ ਬਹਿ ਤੇ ਗੱਲਾਂ ਕਰ ਲੈ ਵਿੱਦੂ ਤੂੰ ਬਹਿ ਤੇ ਜਾਨੀ ਆ ਮੈਂ ਤੇਰੇ ਨਾਲ ਜੇ ਸ਼ੇਰੂ ਤੂੰ ਆ ਗਿਆ ਤਾਂ ਤੈਨੂੰ ਜੁੱਤੀਆਂ ਬੜੀਆਂ ਪੈਣੀਆਂ ਨੇ ਕੁਛ ਨਹੀਂ ਆਉਂਦਾ ਤੇਰੀ ਖਾਤਰ ਜੁੱਤੀਆਂ ਵੀ ਖਾ ਲੈ ਸਾਂ ਲੇਕਿਨ ਤੂੰ ਵੇਲੇ ਕੁ ਵੇਲੇ ਆਪਾਂ ਬਹਿ ਜਾਵਾਂਗੇ ਤੇ ਉਹ ਜਿਲੇ ਮੈਨੂੰ ਪਤਾ ਹੁੰਦਾ ਨਾ ਉਹ ਕੰਮ ਤੇ ਉਹਲੇ ਮੈਂ ਆਉਣਾ ਤੇ ਇਹ ਦੋ ਅਰਕਤਾਂ ਕਿਉਂ ਇੱਦਾਂ ਦੀਆਂ ਕਾਰਨ ਚੱਲ ਆ ਜਾ ਬਹਿ ਜਾ ਜੇ ਲਿੱਤਰ ਖਾਣ ਦੀ ਤੇਰੀ ਹੈਗੀ ਆ ਐਸ ਮੈਨੇ ਬਹਿ ਨਾ ਸਰਾਂਦੇ ਤੇਰਾ ਅਦਬ ਕਰਨਾ ਪੈਂਦਾ ਨਹੀਂ ਨਹੀਂ ਬਹਿ ਤੂੰ ਤੂੰ ਉਹਦੇ ਬਹਿ ਉਹ ਤੂੰ ਬਹਿ ਜਾ ਬਹੁਤੀ ਮੇਰੀ ਇੱਜ਼ਤ ਨਾ ਕਰ ਮੈਨੂੰ ਰਾਸ ਨਹੀਂ ਚੱਲ ਤੂੰ ਦੱਸ ਕਿਹੜੀ ਗੱਲ ਕਰਨੀ ਹੈ ਗੱਲ ਕੋਈ ਨਹੀਂ ਕਰਨੀ ਬਸ ਵੈਸੇ ਮੇਰਾ ਦਿਲ ਨਹੀਂ ਲੱਗਦਾ ਸੀ ਕੰਮ ਤੇ ਮੈਂ ਆ ਕੇ ਚੱਲ ਜਾ ਤੁਹਾਡੇ ਕੋਲ ਜਾ ਤੇ ਬਹਿ ਤੇ ਮੈਂ ਦਿਲ ਲਾਉਣ ਵਾਸਤੇ ਬੈਠੀ ਹੁਣੇ ਕੋਈ ਸਰਦਾਰ ਆ ਗਿਆ ਮੈਨੂੰ ਤਾਂ ਆਉਣਾ ਚੱਲ ਕੰਮ ਤੇ ਤੇ ਆਪ ਬਹਿ ਗਿਆ ਸੀ 2 ਮਿੰਟ ਸਾਡੇ ਗਰੀਬਾਂ ਕੋਲ ਬਹਿ ਗਏ ਘਰ ਹਾਂ ਤੇ ਤੂੰ ਦੱਸ ਨਾ ਅੱਜ ਮੈਂ ਫੈਸਲੇ ਦੇ ਮੋੜ 'ਚ ਕੀ ਤੇਰੀ ਤੂੰ ਅਰਜੈਂਟ ਹੀ ਫੈਸਲਾ ਕਰਨਾ ਅਰਜੈਂਟ ਹੀ ਕਰਨਾ ਦੱਸ ਠਹਿਰ ਜਾ ਏਡੀਆਂ ਛੇਤੀ ਨਹੀਂ ਗੱਲਾਂ ਕਰੀ ਯਾਰ ਹੌਸਲੇ ਨਾਲ ਗੱਲ ਕਰੀ ਹੌਸਲੇ ਨਾਲ ਵੇਖਾ ਹੌਸਲਾ ਹੁੰਦਾ ਤੇ ਤੂੰ ਇੱਥੇ ਹੀ ਮੇਰਾ ਦਿਮਾਗ ਨਾ ਖਰਾਬ ਕਰ ਕੋ ਗੱਲ ਹੈਗੀ ਤੇ ਕਰ ਨਹੀਂ ਤਾਂ ਜਾ ਜਿਲੇ ਕਰਾਂਗਾ ਜਿਲੇ ਟਾਈਮ ਹੋਇਆ ਓਏ ਤੇਰੀ ਇੰਨੀ ਜ਼ਰੂਰਤ ਜੀ ਮਲਕ ਸਾਹਿਬ ਉਹਦੇ ਕੋਲ ਆ ਕੇ ਸ਼ੇਰੂ ਦੇ ਜੀਆਂ ਕੋਲ ਬਹਿ ਰਿਹਾ ਨਹੀਂ ਜੀ ਮੈਂ ਸ਼ੇਰੂ ਦਾ ਪਤਾ ਕਰਨ ਆਇਆ ਸਾਂ ਕੰਮ ਕਰਦੇ ਪਏ ਸਾਂ ਤੇ ਮੈਂ ਕਿਹਾ ਉਹਦਾ ਪਤਾ ਕਰ ਲਵਾਂ ਕਿਦੇ ਗਿਆ ਨਹੀਂ ਤਾਂ ਮੈਂ ਤੈਨੂੰ ਜੁਗੋ ਆ ਹੁੰਜਣ ਗੱਲਿਆ ਹੈਗਾ ਤੇ ਚੱਲ ਕੇ ਗੂ ਆ ਹੁੰਜ ਠੀਕ ਹੈ ਜੀ ਛੇਤੀ ਕਰ ਛੇਤੀ ਤੂੰ ਉਹਦੇ ਕੋਲ ਨਾ ਬੈਠੀ ਕਰ ਮੇਰਾ ਮੇਰਾ ਹੁਣ ਘਰ ਮੇਰਾ ਇੰਨਾ ਕੁ ਸੇਣ ਇੱਕੋ ਮੰਜਾ ਮੇਰੇ ਕੋਲ ਤਾਂ ਮੈਂ ਹੋਰ ਕਿੱਥੇ ਪਾਵਾਂ ਚੌਧਰੀ ਸਾਹਿਬ ਉਹਨੂੰ ਤਾਂ ਤੁਸੀਂ ਬਜਾ ਦਿੱਤਾ ਉਠਾ ਦਿੱਤਾ ਤੇ ਜਿਦਾਂ ਦੀ ਮੈਂ ਇੱਥੇ ਆਈ ਤੁਸੀਂ ਵੀ ਐਸੇ ਆਪਣੇ ਖੂਹ ਤੇ ਕੜਾ ਪਾਈ ਖਲੇ ਤੁਸੀਂ ਵੀ ਗਰੀ ਟੇਕ ਟੁੱਕ ਗਿਆ ਕਰੋ ਗਰੀ ਕੋਣੀ ਦੋਂ ਟਿਕਨ ਦੇ ਤੈਨੂੰ ਨਹੀਂ ਪਤਾ ਅਸ ਖੂਹ ਸਾਡਾ ਹੈਗਾ ਅਸੀਂ ਜਦੋਂ ਮਰਜ਼ੀ ਆਈਏ ਜਾਈਏ ਤੇਰੀ ਵਜ੍ਹਾ ਤੋਂ ਮੇਰੇ ਵੱਡੇ ਭਾਈ ਨੇ ਨੌਕਰੀ ਦਿੱਤੀ ਹੈ ਚੌਧਰੀ ਸਾਹਿਬ ਜੇ ਇਸ ਵਜ੍ਹਾ ਤੋਂ ਸਾਨੂੰ ਨੌਕਰੀ ਤੁਸੀਂ ਦਿੱਤੀ ਨਾ ਮੇਰੇ ਬੰਦੇ ਨੂੰ ਤੇ ਮੇਰਾ ਇਹ ਜਾ ਜ਼ਿਹਨ ਨਹੀਂ ਭਾਵੇਂ ਸਾਨੂੰ ਅੱਜ ਕੱਢ ਦਿਓ ਉਹ ਸਾਡਾ ਤਾਂ ਇਹ ਬਚਪਨ ਦਾ ਰਿਕਾਰਡ ਹੈਗਾ ਜਿਹਨੂੰ ਇੱਕ ਵਾਰੀ ਰੱਖ ਲਈਏ ਉਹਨੂੰ ਦੁਬਾਰਾ ਅਸੀਂ ਛੁੱਟੀ ਕਦੇ ਨਹੀਂ ਦਿੱਤੀ ਹੈਗੀ ਉਹ ਜਿਹੜਾ ਗੋਆ ਫੋੜਾ ਫੇਰਦਾ ਪਿਆ ਨਾ ਉਹਨੂੰ ਐਡੇ ਕੋ ਨੂੰ ਲਿਆਂਦਾ ਸੀ ਸੋਹਣਾ ਸਾਨਾ ਹੈਗਾ ਸੀ ਇਸ ਵਜ੍ਹਾ ਤੋਂ ਤੇ ਫੋੜੇ ਤੇ ਲਾ ਦਿੱਤਾ ਫੋੜੇ ਤੇ ਹੁਣ ਲੱਗਿਆ ਹੋਇਆ ਸ਼ੁਕਰ ਹੈ ਮੇਰੀ ਜਾਨ ਛੁੱਟੀ ਵੀ ਜਦਾਂ ਦਾ ਨਵਾਂ ਮੁਲਾਜ਼ਮ ਆਇਆ
ਇਹਦੇ ਕੜਾ ਗੱਤੀ ਖੜੇ ਨੇ ਚੰਗਾ ਮਗਰੋਂ ਲੱਥੇ ਰਹਿਣ ਸਾਡੇ ਚੌਧਰੀ ਸਾਹਿਬ ਆ ਵੇਖੋ ਅਸੀਂ ਮਾੜੇ ਜ਼ਰੂਰ ਆ ਠੀਕ ਆ ਨਾ ਤੇ ਸਾਡੇ ਕੋਲ ਹੱਥ ਚਾਹੋ ਤੇ ਕੋਈ ਹੋਰ ਬੂਆ ਵੇਖੋ चाची साडी सात दिन हो गए बिमार हुई पई है सत्तां दिनों तो पिया दी मैं दवाई लिया तेरे को टाइम नहीं दिता जाता पे इतने सारी दिहाड़ी ला जाना तू चाची तेरी मैं पूरा स्टोर ही लिया के दे देवा राती तो दवाइया ला के आई है कितने लै के आई बेचारी पीड़ ना उथे मरती पी है उथे जा दवाई दुई लिया इतने तेरा की है इतने मेरा बड़ा कुछ है चुप कर चढ़ चढ़ ना कर है तू नवी आई है इस वजह तो तेरा याद कर दे पे बुढ़ी गरी बीमार पई ते आशकियां मछुकियां पकड़दा है कोई गल करन वाली इन्हां दा बचपन दा ही काम ही जाए इन्हां ने इया काम ही करना रहिंदे टुटी बनी ते आदे गरी दवाई नहीं लिया देना इत्थे तैनू लिया ते क्रीमां भी दे सकदे लित्तर चाटा कि डंडे ना को खा लवे तू वेखा हां कोई कारोबार सी कमान दा लत्ता ही थक गई ने की बन गई तेनू ओ कमान दे चौकी चौकी करनी सी उधर लग्या थाए आज ना बेगम बड़ा थक्या पया थोड़ा दबावे ना मेनू तेनू तेल दी मालिश ना करा इत्थे हुण बैठी रोट रोट बड़बड़ ना कर को रोटी पानी दा बंदोबस्त कर ओ शेरुआ तेरे मेरी मेनू तेरी समझ नहीं पी आती ना कोई बंदा तू लगना है ना कोई बुढ़ी लगना तू ओ अकल नु हाथ मार कोई सोच के पर ओ बैठा जा खड़े पिंडो है टफड़ की है टफड़ है भी चौधरियां दे हथों बचो ते साडे जेड़े जद्दी पुछदी चौधरी इना वड्डे इना दे हथों बचो अगर तू समझ ही गए है मैं तो तेन आना इतो जा बुढ़ी ला तो नस जा मैं की तेन आखा है पिछले पर चाचे नु पता ही नहीं पिया बचपन का रिकॉर्ड ही हुण इत्थे आया लत्तां वड़ टंग दिया शक दी वजह तो घर खराब हो जांदे ने खराब होवे ना होवे तू जा तेरा केड़े बंदा जिन्हें तेनू धी चा दित्ती है चल तू जा रोक ले रोक दे उन्हें पैसों की लोड़ सी ओंदी वटक वे तेनू धी दे दित्ती ने ना प्रकट बिकर चट तेरी गल कूड़ी हुई मैं तेरिया भी लत्त वड्डा जे मेरी गल सची है मैं तेरिया वड्डी वेला मेरा मूह ए आज गल परे पचाता दे अपने दी तू मेरे ते हाथ चाह ना मैं तुहाडे नाल निबड़ लेना तुसी आज मैं तुहानू डेरे सटना मैं उत्थे मैं तुहाडियां लत्तां बढ़ानियां ने आज जा जा किना टांगा पक्की तला करा नी तू जिथे भी करा मैनू जलील करा तरा मैं चौधरी बदली खड़ा अज मैं सारियां गल्लां
कुछ सचियां ने तो कुछ आधे कोलो रलावां दा तो जेड़ा खुसरा मुंह है उन्हूं भी बजावां दा ते नीले पीले नूं भी बजावां दा। गामना किवें? हां जी। ਔਰ ਕਿਵੇਂ ਖੈਰੀ ਖੈਰੀ ਆਇਆ? ਵੈਸੇ ਸਰਦਾਰ ਜੀ ਤੁਹਾਡੇ ਤਾਂ ਹੀ ਆਇਆ, ਕੋਈ ਸ਼ਾਦੀ ਸ਼ੁਦੀ ਕਰਾਣੀ ਹੈ ਤੇ ਕੋਈ ਆਲਾ ਪੁਰਾਣ ਰੂਨ ਨੇ ਕਸਾ ਬੜੇ ਬਸਮੇ ਸ਼ਸਮੇ ਲਾਈ ਫਿਰਨਾ। ਔਰ ਮੈਨੂੰ ਕੰਜਰ ਵੇਖਿਆ ਹੀ ਹੋਈ ਵੀ ਮੈਂ ਤੇਰਾ ਵਿਆਹ ਕਰ ਦੇਵਾਂ, ਕੋਈ ਟਰਾਲੀ ਮੰਗ, ਕੋਈ ਟਰੈਕਟਰ ਮੰਗ, ਜਿਹੜਾ ਮੇਰਾ ਕੰਮ ਹੈ ਜ਼ਿਮੀਦਾਰੇ ਦਾ। ਵੇ ਚੌਧਰੀ ਤੇਰਾ ਰਿਸ਼ਤਾ ਕਰਵਾ ਦੇਵੇ, ਤੇਰੇ ਕੋਲ ਘਰ ਆਉਂਦੇ ਜਾਂਦੇ ਨੇ ਵੇ। ਮਰਦਾ ਤੂੰ ਅੱਗੇ ਫਿਰਨਾ ਕਾਮਨਾ, ਕਬਰ ਨੂੰ ਤੇਰੀਆਂ ਲੱਤਾਂ ਨੇ ਸ਼ੌਂਕ, ਤੈਨੂੰ ਪਿਛਲੇ ਪਾਰੇ ਕਿਹੜੇ ਪੈ ਗਏ। ਏ ਅੱਗੇ ਮੰਗਾਈ ਕਿ ਨਹੀਂ ਤੂੰ? ਹੁੱਕੇ ਦੀ ਲੰਬ ਕੱਢੀ ਹਾਂ ਤਾਂ ਮਾਕੂ ਸਸਤਾ ਹੈ। ਸਰਦਾਰ ਬੰਨਾ ਤੁਹਾਡੇ ਡੇਰੇ ਤੇ ਗਰੀਬ ਗੁਰਬਾਨ ਦਾ ਹੀ ਰਹਿੰਦਾ ਹੈ। ਓ ਤਾਇਆ, ਓ ਕੀ ਹੋ ਗਿਆ ਪੁੱਤਰ, ਕੀ ਹੋ ਗਿਆ? ਓ ਤਾ ਓ ਕੀ ਹੋ ਗੱਲ ਤਾਂ ਦੱਸ। ਓ ਕੋ ਖੈਰ ਦੀ ਖਬਰ ਹੈ? ਕੋ ਪਿੰਡ ਫੌਤ ਕੀ ਤਨੀ ਹੋ ਗਈ? ਨਹੀਂ ਤਾਇਆ, ਉਹ ਜਿਹੜਾ ਆਪਣਾ ਨੌਕਰ ਨਹੀਂ ਹੈਗਾ ਜਿਹੜਾ ਤੁਸੀਂ ਨਵਾਂ ਰੱਖਿਆ, ਹਾਂਜੀ, ਉਹਦੀ ਬੁੜੀ ਨੇ ਮੈਨੂੰ ਮਾਰਿਆ। ਕਿਉਂ ਮਾਰਿਆ ਸੋ? ਬਸ ਮਾਰਿਆ ਸੋ, ਮੈਂ ਹੁਣ ਤੁਹਾਨੂੰ ਸਾਰੀ ਗੱਲ ਦੱਸਣਾ। ਦੱਸੋ। ਉਹ ਜਿਹੜਾ ਸ਼ੇਰੂ ਹੈ ਨਾ, ਉਹਦੀ ਬੁੜੀ ਤੇ ਚਾਚਾ ਆਪਣਾ। ਓ ਕੀ ਓਕੇ ਦੇ ਬੋਲ ਗੱਡੀ ਖਾਣਾ ਤੂੰ? ਬੋਲ ਨੌਕਰ ਆਪਣਾ ਪੁਰਾਣਾ ਜਿਹੜਾ ਹੈਗਾ, ਉਹ ਪੁਰਾਣਾ ਜਨਾਨਾ ਜਿਹਾ, ਹਾਂਜੀ, ਉਹ ਜਨਾਬ ਤੇ ਸ਼ੇਰੂ ਦੀ ਬੁੜੀ ਤੇ ਉਹ ਬਸ ਫਿਰ ਤੁਸੀਂ ਸਮਝ ਨਹੀਂ ਗਿਆ। ਓ ਕਿਰੇ ਪਾਗਲ ਤਾਂ ਨਹੀਂ ਹੋ ਗਿਆ ਛੋਰਾ? ਨਹੀਂ ਚਾਚਾ, ਭੱਜ ਤੇ ਉੱਥੋਂ ਆਇਆ, ਮੈਨੂੰ ਗੁੱਸਾ ਹੀ ਬੜਾ, ਉਹਨੇ ਮੈਨੂੰ ਕੁੱਟਿਆ। ਮੈਨੂੰ ਸ਼ੱਕ ਤੂੰ ਹੰਜੀ ਪਾਗਲ ਹੋ ਗਿਆ ਪੁੱਤਰ। ਨਹੀਂ ਪਾਗਲ ਹੋ ਗਿਆ। ਆ ਚਾਚਾ ਗਾਮਣਾ, ਹਾਂਜੀ, ਚੋਰ ਦੀ ਸਮਝ ਆਈ? ਮੈਂ ਤਾਂ ਨਹੀਂ ਆਉਂਦੀ ਸਰਦਾਰ ਜੀ। ਤੁਹਾਨੂੰ ਆਪ ਦੀ ਨਹੀਂ ਆਉਂਦੀ, ਲੋਕਾਂ ਦੀ ਤੂੰ ਕੀ ਸਮਝ ਰੱਖੀ? ਜੀ ਕੋੜ ਹੋਏ ਜੀ, ਹੋ ਜੇ ਚਾਚਾ। ਜਿਹੜਾ ਹੈਗਾ ਨਾ ਆਪਣਾ ਮੇਰਾ ਨਿੱਕਾ ਚਾਚਾ, ਹਾਂਜੀ, ਉਹ ਵੀ ਸਾਰੀ ਦਿਹਾੜੀ ਖੁਦ ਰਹਿੰਦਾ ਈ। ਅੱਛਾ। ਤੇ ਜਿਹੜਾ ਆਪਣਾ ਹੈਗਾ ਪੁਰਾਣਾ ਨੌਕਰ ਵਿਧੂ, ਹਾਂ, ਉਹ ਵੀ ਜਨਾਬ ਸਾਰੀ ਦਿਹਾੜੀ ਖੁਦ ਹੀ ਰਹਿੰਦਾ ਈ। ਠੀਕ ਹੈ। ਤੇ ਸ਼ੇਰੂ ਕਿੱਥੇ? ਸ਼ੇਰੂ ਜਨਾਬ ਸਾਰੀ ਦਿਹਾੜੀ ਵਿਚਾਰਾ ਕੰਮ ਕਰਦਾ ਈ, ਕਮਾਂਦ ਨੂੰ ਕਦੇ ਚੌਕੀ ਪੇ ਪਾਉਂਦਾ, ਕਦੇ ਮਕਈ ਨੂੰ ਪਾਣੀ ਲਾਈ ਖਲਾ। ਅੱਛਾ। ਇਹ ਜਨਾਬ ਉੱਥੇ ਰਹਿੰਦੇ ਨੇ। ਤੇ ਸ਼ੇਰੂ ਨੂੰ ਲਿਆ ਜਰਾ ਚਾਚਾ। ਸ਼ੇਰੂ ਗੱਲੇ ਨੂੰ ਬੁਲਾਉਣ ਨਾਲ ਕੁਛ ਨੀ ਮੰਨਣਾ, ਉਹਨਾਂ ਸਾਰਿਆਂ ਦੀ ਬੁੜੀ ਨੂੰ ਵੀ ਫੋਨ ਕਰ, ਵਿਧੂ ਨੂੰ ਵੀ ਫੋਨ ਕਰ, ਸਾਰਿਆਂ ਨੂੰ ਫੋਨ ਕਰਕੇ ਇੱਥੇ ਸਦਾ ਮੈਂ ਅੱਜ ਫੈਸਲਾ ਕਰਵਾ ਦੇ ਜਾਣਾ। ਤੂੰ ਝੂਠਾ ਹੋਇਆ ਤਾਂ ਫੇਰ? ਨਹੀਂ ਮੈਂ ਝੂਠਾ ਨੀ, ਮੈਂ ਸੱਚਾ ਆ। ਚੱਲ ਮੈਂ ਫੋਨ ਕਰਨਾ, ਫੋਨ ਕਰਕੇ ਸਾਰਿਆਂ ਨੂੰ ਮੰਗਵਾ। ਚਾਚਾ ਕਾਮਣਾ ਮੂੰਹ ਬੰਦ ਕਰ, ਮੱਖੀ ਪੈਂਦੀ ਕਿ। ਹਾਂ ਸ਼ੇਰੂ ਕਿੱਥੇ ਹੈ? ਉਹ ਸਾਰਿਆਂ ਨੂੰ ਫੋਨ ਕਰ, ਆਪਦੇ ਸਹੁਰੇ ਨੂੰ ਵੀ ਤੇ ਸਾਰੇ ਟੱਬਰ ਨੂੰ ਲੈ ਕੇ ਤੇ ਮੇਰੇ ਡੇਰੇ ਤੇ ਇੱਕ ਵਾਰੀ ਆ। ਆਹੋ ਜਲਦੀ ਆ। ਹੋਰ ਸੁਣਾ? ਠੀਕ। ਵਾਲੇਕੁਮ ਸਲਾਮ। ਲਾਲਾ ਲੈ ਸਰਦਾਰ ਜੀ। ਹਾਂਜੀ, ਸਾਰੀ ਖੈਰ ਏ? ਅੱਲਾ ਦਾ ਕਰਮ ਹੈ ਪੁੱਤਰ। ਕਿਵੇਂ ਆ ਆਪਣਾ ਬਤਰੀਆ? ਤੂੰ ਕੰਮ ਜਿਹਾ ਹੈਗਾ ਆਸੂ? ਭਿੰਡੀ ਤੋੜ ਲੈ, ਗਰੀ ਲਈ ਜਾਵੀ ਭਿੰਡੀ। ਉਹ ਪਛਾਣ ਆਪਦੇ ਗਰੀ ਲੈ ਜਾਵੀ। ਮੈਂ ਰਾਤੀ ਰਾਤ ਨੂੰ ਪੱਟ ਲਿਆ ਮੁੰਡੋ, ਪੱਟ ਲਿਆ ਵੀ। ਹਾਂ ਪੁੱਤਰ, ਕਿਵੇਂ ਕਾਲਾ ਕਾਲਾ? ਅੱਗੇ ਤਾਂ ਚੌਧਰੀਆਂ ਦਾ ਕਦੇ ਫੋਨ ਨਹੀਂ ਆਇਆ ਤੇ ਅੱਜ ਫੋਨ ਆ ਗਿਆ। ਓਏ ਅੱਬਾ, ਇਹ ਸਾਰੀਆਂ ਤੇਰੀਆਂ ਨੂੰਹ ਦੀਆਂ ਕਰਮ ਨਿਵਾਜ਼ੀਆਂ ਨੇ। ਇਹ ਖੂਹ ਤੇ ਜੇ ਤੂੰ ਚੰਗਾ ਹੋਵੇ ਆ ਤੇ ਸਾਨੂੰ ਤਾਂ ਡੇਰਿਆਂ 'ਚ ਨਾ ਸੱਦੇ, ਤੇ ਹੁਣ ਮੈਂ ਇਹਦੇ ਪਿਓ ਨੂੰ ਵੀ ਫੋਨ ਕਰ ਦਿੱਤਾ, ਉਹ ਵੀ ਆਉਂਦਾ। ਅੱਛਾ, ਲੜਦੇ ਰਹੇ ਜੇ ਦੋਵੇਂ ਜੀ ਤੇ ਤਾਂ ਲੜਾਈ ਪੈਣੀ ਹੈ ਨਾਲ। ਅਗਾ ਤੁਲੇ ਆ, ਮੈਂ ਹੁਣ ਕੀ ਕੀਤਾ ਇੱਥੇ? ਤੁਸੀਂ ਆਰਾਮ ਮੇਰੇ ਤੇ। ਤੇਰੀ ਮਾਂ ਨੇ ਛੱਡਿਆ ਮੈਨੂੰ ਤੈਨੂੰ ਪੜ੍ਹਨ ਵਾਸਤੇ ਮੇਰੇ ਕੋਲ, ਤੈਨੂੰ ਸਕੂਲ ਨਾਲ ਤੈਨੂੰ ਬੁਖਾਰ ਚੜ ਜਾਂਦਾ, ਸਰ ਚਾ ਬਾਨੇ। ਮੈਂ ਬਾਨੇ ਨਹੀਂ ਕਰਨਾ, ਸੱਚੀ ਬੁਖਾਰ ਚੜ ਜਾਂਦਾ ਸ਼ਾਮ ਨੂੰ। ਮੇਰੇ ਆਪੇ ਨੂੰ ਸੱਦਣ ਦੀ ਤੈਨੂੰ ਕੀ ਜ਼ਰੂਰਤ ਸੀ? ਮੈਂ ਹੈਗੀ ਆ ਜੋ ਸਾਹ, ਮੈਂ ਲੱਗਾ ਲਾਵਾ ਨਾਨੇ ਦੀ ਦੱਗੇ ਲੱਤ ਨੂੰ। ਇਹ ਕੰਜਰਾ ਤੂੰ ਕਿਵੇਂ ਉੱਤੇ ਚੜ ਗਿਆ ਪਿਓ ਰੰਗਿਆ? ਅੱਜ ਮੈਂ ਸਾਰੇ ਫੈਸਲੇ ਕਾਰ ਤੇ ਛੱਡਾਂਗਾ, ਆ ਜੀ ਚੌਧਰੀ ਕੋਲ। ਅੱਬਾ ਤੂੰ ਤਾਂ ਨਾ ਆਂਦਾ ਮੈਨੂੰ ਨਾ ਫੋਨ ਕੀਤਾ, ਸੱਤੇ ਬਿਨਾ ਪਰੇ ਨਹੀਂ ਪੈਣੀ। ਅੱਬਾ ਹੁਣ ਮੈਨੂੰ ਚਾਹ ਵੀ ਲੈ ਜੀਏ। ਹਾਂ ਛੱਡ ਜਾ, ਮੈਂ ਤੇਰੇ ਕਿਹੜੇ ਕਿਹੜੇ ਡੇਰੇ ਨਹੀਂ ਪਰੇ ਨਹੀਂ ਪੈਣੀ। ਅੱਬਾ ਨਾ ਮੈਨੂੰ ਅੱਲਾ ਸੋਹਣਾ ਬਣਾ ਦਾ ਤਾਂ ਨਾ ਰੋਲੇ ਪੈਂਦੇ, ਆਦੇ ਰੰਗਾ ਕੋੜਾ ਮੈਨੂੰ ਜੰਮ ਲਵੇ।
तेन इन्ह गल भुल कौन है बग्गी एवं नहीं कर ली किसी गल तू बग्गी हुई तेरी की होया की है तेन दसना की होया चोरी साहब और मैं तो छोर चार चार दे मैं तो थक गया मेरे को तो किराया भी कौन खैर के सद्या जी तू सबर कर आ गया तो तेरी मैं गल सुन लैना चुप कर बह तेरी तू अपने वहा लैना काम चिबे मूह आ लिया तू इो काम कर ते वहाया ना तो की काम वखाए उन क्यों कावड कर दी थी पता लग जा सी तेन जेड़ा कांड की हां शेरो पुत्र दस जरा को की गल हुई चोरी साहब मैं तू सारा काम दिता था मुल्तानी खुश है तू दस की काम पाई खड़ा खूह ते कुछ नहीं जी मैं 20 साल तू डाडे को रहिंदा पया सारे काम करना मलकानी लकड़ी टुक के देना सौदा लिया देना कदे उलामा आया दानू उलामा तो आया पे मालिक साहब मेरा कोनी रोला छोटे चौधरी रांद हैगा ओ खूत कड़ा गद्दी रख दे ते या ओना मियां बीवी दे दरमियान को गल हैगी तो ओना कोल कुछ मेरा कोई तलक वास्ता ते ना मैं को गल कीती है ठीक या तो उंदी बेगम आखे ना जी इने कोई गलत गल कीती फिर तो तुसी मेरे नु आखो ओ छोटे चौधरी कोल पूछो या शेरे कोल पूछो आ काका तू चल ले तो इधर आ इधर आ काका तू भी इधर आ जरा को इधर बैठ पुत्र मैनु भी ला ले चल मैं जारी कर लेता चोरिया का की तबार है चोरी आप घूम देने